ਪੰਜਾਬ ਦੇ ਅੰਦਰ ਜਿੱਥੇ ਹੀ ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਕੀਤਾ ਜਾਂਦਾ ਹੈ ਦੂਜਾ ਪਾਸਾ ਕੁਝ ਹੋਰ ਕਹਿ ਰਿਹਾ ਹੈ ਜਿਹੜੀਆਂ ਪਿੰਡੂ ਡਿਸਪੈਂਸਰੀਆਂ ਨੇ ਕਈ ਸਾਲਾਂ ਤੋਂ ਪ੍ਰਬੰਧ ਚੱਲਿਆ ਆ ਰਿਹਾ ਸੀ ਉਥੇ ਪਤਾ ਲੱਗਿਆ ਰਿਪੋਰਟਾਂ ਛਪ ਚੁੱਕੀਆਂ ਨੇ ਕਿ ਉਥੇ ਮੋਡਲੀਆਂ ਦਵਾਈਆਂ ਤੱਕ ਉਪਲਬਧ ਨਹੀਂ ਜਿਸ ਨੂੰ ਪੇਨ ਕਿਲਰ ਆਮ ਤੌਰ ਤੇ ਪਿੰਡਾਂ ਵਿੱਚ ਕਿਹਾ ਜਾਂਦਾ ਜਾਂ ਫਿਰ ਦਰਦ ਤੋਂ ਰਾਹਤ ਦੇਣ ਵਾਲੀ ਦਵਾਈ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਵਿੱਚ ਉਹ ਵੀ ਤੱਕ ਉੱਥੇ ਨਹੀਂ ਮਿਲਦੀ 550 ਜਈਆਂ ਪਿੰਡੂ ਡਿਸਪੈਂਸਰੀਆਂ ਨੇ ਇਹ ਰਿਪੋਰਟ ਕਹਿ ਰਹੀ ਹੈ ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਹੈ رپورਟਰ ਰਵਿੰਦਰ ਵਾਸੂ ਦੇਵਾ ਦੀ ਉਹਨਾਂ ਨੇ ਇਹ ਰਿਪੋਰਟ ਛਾਪੀ ਹੈ ਔਰ ਇਸ ਲਈ ਬਕਾਇਦਾ ਤੌਰ ਦੇ ਉੱਤੇ ਗਰਾਊਂਡ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ 550 ਪਿੰਡੂ ਡਿਸਪੈਂਸਰੀਆਂ ਜਈਆਂ ਪਾਈਆਂ ਗਈਆਂ ਨੇ ਜਿੱਥੇ ਦਵਾਈਆਂ ਤੱਕ ਨਹੀਂ ਮਿਲਦੀਆਂ ਹਾਲਾਂਕਿ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤੀ ਮਹਿਕਮਾ ਉਸ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਉਹ ਡਿਮਾਂਡ ਆਉਂਦੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ADC ਤੋਂ ਉਹ ਤੋਂ ਡਿਮਾਂਡ ਆਉਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਵੱਲੋਂ ਹੁਕਮ ਦਿੱਤੇ ਜਾਂਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੈ ਜਿਹੜੀ ਦਵਾਈ ਜਿਹੜੀ ਹੈ ਉਹ ਸਪਲਾਈ ਕਰਾਈ ਜਾਂਦੀ ਹੈ ਇਹ ਦਵਾਈਆਂ ਪੰਚਾਇਤੀ ਰਾਜ ਭਾਗ ਵੱਲੋਂ ਜ਼ਿਲ੍ਹਾ ਪ੍ਰੀਸ਼ਦਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ ADC ਤੋਂ ਮੰਗ ਪ੍ਰਾਪਤ ਕਰਨ ਤੋਂ ਬਾਅਦ ਸਪਲਾਈ ਕੀਤੀਆਂ ਜਾਂਦੀਆਂ ਨੇ ਜਿਸ ਅਧੀਨ ਇਹ ਡਿਸਪੈਂਸਰੀਆਂ ਚੱਲਦੀਆਂ ਨੇ ਪੰਚਾਇਤੀ ਰਾਜ ਵਿਭਾਗ ਆਰਡਰ ਦਿੰਦਾ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਪੀ ਐਚ ਐਸ ਸੀ ਜਿਹਨੂੰ ਕਿਹਾ ਜਾਂਦਾ ਉਹ ਖਰੀਦਦਾ ਤੇ ਦਵਾਈਆਂ ਦੀ ਸਪਲਾਈ ਕਰਦਾ ਇਸ ਮਸਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਦਵਾਈਆਂ ਦੀ ਹਰ ਸਾਲ ਹੀ ਸ਼ਾਰਟੇਜ ਰਹਿੰਦੀ ਹੈ ਇਹ ਜਿਹੜੇ ਐਸੋਸੀਏਸ਼ਨ ਵਾਲੇ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੀ ਹੈ ਕਾਫੀ ਸਮੇਂ ਤੋਂ ਦਵਾਈਆਂ ਦੀ ਘਾਟ ਰਹਿੰਦੀ ਆ ਮੋਢਲੀਆਂ ਦਵਾਈਆਂ ਤੱਕ ਨਹੀਂ ਮਿਲਦੀਆਂ ਪਿੰਡੂ ਕਲੀਨਿਕਾਂ ਵਿੱਚੋਂ ਇੱਕ ਤਾਇਨਾਤ ਇੱਕ ਸੀਨੀਅਰ ਡਾਕਟਰ ਨੇ ਇਹ ਵੀ ਦੱਸਿਆ ਕਿ ਇੱਥੇ 2 ਸਾਲਾਂ ਦੇ ਅੰਤਰਾਲ ਦੌਰਾਨ ਕਲੀਨਿਕ ਦੇ ਵਿੱਚ ਐਨਜੀਓ ਜਾਂ ਹੋਰ ਸਰੋਤਾਂ ਦੀ ਮਦਦ ਨਾਲ ਦਵਾਈਆਂ ਪ੍ਰਾਪਤ ਕਰਨ ਦੇ ਵਿੱਚ ਅਸੀਂ ਕਾਮਯਾਬ ਰਹਿੰਨੇ ਆ ਪਰ ਇਸ ਦੇ ਨਾਲ ਪੂਰੀ ਨਹੀਂ ਪੈਂਦੀ ਸਾਨੂੰ ਬਹੁਤ ਉਮੀਦਾਂ ਨੇ ਸਰਕਾਰ ਤੋਂ ਪਿੰਡੂ ਡਿਸਪੈਂਸਰੀਆਂ ਲਈ ਠੁਕਮਾਂ ਧਿਆਨ ਦਿੱਤਾ ਜਾਵੇ ਦਵਾਈਆਂ ਦੀ ਸਪਲਾਈ ਦੇ ਲਈ ਬਣਦੀ ਜਿਹੜੀ ਆ ਉਹ ਫੰਡ ਵੀ ਜਾਰੀ ਕੀਤੇ ਜਾਣ ਹਾਲਾਂਕਿ ਇਸ ਮਸਲੇ ਦੇ ਵਿੱਚ ਬੈਕਮੇ ਦੇ ਅਧਿਕਾਰੀ ਇਹ ਦੱਸਦੇ ਨੇ ਕਿ ਸਾਡੇ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਡਿਮਾਂਡ ਦੇ ਜਦੋਂ ਸਾਨੂੰ ਆਉਂਦੀ ਹੈ ਤੇ ਅਸੀਂ ਦਵਾਈਆਂ ਦੀ ਪੂਰਤੀ ਕਰਦੇ ਹਾਂ ਇਹਨਾਂ ਗੱਲਾਂ ਨੂੰ ਲੈ ਕੇ ਬੇਸ਼ੱਕ ਪਰਦੇ ਪਾਏ ਜਾਣ ਪਰ ਸਪਸ਼ਟ ਸਥਿਤੀ ਨਜ਼ਰ ਆਉਂਦੀ ਹੈ ਜਦੋਂ ਪਿੰਡਾਂ ਦੇ ਵਿੱਚ ਜਿਹੜੇ ਦਵਾਈ ਲੈਣ ਜਾਂਦੇ ਨੇ ਸਰਕਾਰੀ ਹਸਪਤਾਲਾਂ ਦੀ ਗੱਲ ਛੱਡੋ ਪਿੰਡੂ ਡਿਸਪੈਂਸਰੀਆਂ ਦੀ ਇੱਥੇ ਗੱਲ ਹੋ ਰਹੀ ਹੈ ਸਿਰਫ ਉਥੇ ਇਹ ਹਾਲਾਤ ਨੇ ਕਿ ਮੁਢਲੀਆਂ ਦਵਾਈਆਂ ਦੀ ਸਹੂਲਤ ਤੱਕ ਵੀ ਲੋਕਾਂ ਨੂੰ ਨਹੀਂ ਮਿਲਦੀ। ਦੂਜੇ ਪਾਸੇ ਲੋਕਾਂ ਦਾ ਰੋਸ ਇਹ ਵੀ ਆਉਂਦਾ ਹੈ। ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਚੱਲਦਾ ਹੈ ਕਿ ਆਮ ਆਦਮੀ ਕਲੀਨਿਕ ਜਿਸ ਨੂੰ ਮੁਹੱਲਾ ਕਲੀਨਿਕ ਕਾਮ ਸ਼ਬਦਾਂ ਚ ਕਿਹਾ ਜਾਂਦਾ ਹੈ, ਉਹਨਾਂ ਦਾ ਪ੍ਰਚਾਰ ਤਾਂ ਚੱਲ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਇੱਥੇ ਇਲਾਜ ਲਈ ਹੁਣ ਲੱਖਾਂ ਲੋਕ ਰਜਿਸਟ੍ਰੇਸ਼ਨ ਹੋ ਰਹੀ ਹੈ। ਹਾਲਾਂਕਿ ਵਿਰੋਧੀਆਂ ਦਾ ਕਹਿਣਾ ਸੀ ਕਿ ਜਿਹੜਾ ਪਹਿਲਾਂ ਤੋਂ ਢਾਂਚਾ ਚੱਲ ਰਿਹਾ ਸੀ, ਸਿਹਤ ਢਾਂਚਾ ਉਹ ਵੀ ਦਿਨੋਂ ਦਿਨ ਵੱਧ ਤੋਂ ਵੱਧ ਹੁੰਦਾ ਜਾ ਰਿਹਾ ਹੈ। ਬਰਬਾਦੀ ਵੱਲ ਨੂੰ ਵਧਦਾ ਜਾ ਰਿਹਾ ਹੈ ਔਰ ਪਿੰਡੂ ਡਿਸਪੈਂਸਰੀਆਂ ਜਿੱਥੇ ਪਹਿਲਾਂ ਤੋਂ ਕੰਮ ਕਰ ਰਹੀਆਂ ਸਨ ਉੱਥੇ ਆਪਣੇ ਬੋਰਡ ਲਗਾ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਤਸਵੀਰਾਂ ਤਾਂ ਛੱਪ ਗਈਆਂ ਕਲੀਨਿਕ ਆਮ ਆਦਮੀ ਕਲੀਨਿਕ ਦੇ ਜਿਹੜੇ ਸ਼ਬਦ ਨੇ ਉਹ ਵੀ ਲਿਖੇ ਗਏ ਪਰ ਸੂਰਤੇ ਹਾਲ ਉਹੀ ਰਿਹਾ ਹਾਲਾਂਕਿ ਦਵਾਈਆਂ ਨੇ ਜਿਹੜੀਆਂ ਉਹ ਵੀ ਪੂਰੀਆਂ ਨਹੀਂ ਮਿਲਦੀਆਂ ਹਾਲਾਂਕਿ ਦੂਜੇ ਪਾਸੇ ਕਈ ਥਾਵਾਂ ਤੇ ਹੋ ਸਕਦਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਹੂਲਤ ਦੇ ਰਹੇ ਹੋਣ ਪਰ ਵੱਡੇ ਪੱਧਰ ਦੇ ਉੱਤੇ ਕਿਉਂਕਿ ਆਮ ਆਦਮੀ ਕਲੀਨਿਕਾਂ ਦੀ ਜਿਹੜੀ ਗਿਣਤੀ ਹੈ ਬਹੁਤ ਨਿਗੋਣੀ ਹੈ ਪੰਜਾਬ ਸੂਬੇ ਦੇ ਮੁਕਾਬਲੇ ਪਰ ਪੰਜਾਬ ਦੇ ਲੋਕ ਸਹੂਲਤ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਔਰ ਜਿੱਥੇ ਸਹੂਲਤ ਮਿਲਣੀ ਚਾਹੀਦੀ ਹੈ ਉੱਥੇ ਦਵਾਈਆਂ ਨਹੀਂ ਪੁੱਜਦੀਆਂ ਹਾਲਾਂਕਿ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਕਿ ਏਡੀਸੀ ਦੇ ਕੋਲ ਤੇ ਹੋਰ ਬਹੁਤ ਕੰਮ ਹੁੰਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਡਿਮਾਂਡ ਤੋਂ ਬਾਹਰ ਦਵਾਈਆਂ ਆਉਂਦੀਆਂ ਨੇ ਇੱਥੇ ਸਿੱਧੇ ਤੌਰ ਦੇ ਉੱਤੇ ਅਜਿਹਾ ਕੋਈ ਪੁਲ ਦਾ ਕੰਮ ਕਰਨਾ ਚਾਹੀਦਾ ਹੈ ਸਿਹਤ ਵਿਭਾਗ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ ਤਾਂ ਕਿ ਉਹ ਦਵਾਈਆਂ ਉਪਲਬਧ ਕਰਵਾ ਸਕਣ। ਪੁਰਾਣੇ ਨਿਯਮਾਂ ਦੇ ਮੁਤਾਬਕ ਚੱਲਦਾ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਅੜਿੱਕਾ ਬਣਦਾ ਹੈ। ਉਸ ਦੇ ਨਤੀਜੇ ਇਹ ਨੇ ਕਿ ਜਿਹੜੀ ਕਾਮਨ ਦਵਾਈ ਹੁੰਦੀ ਹੈ, ਮੁਢਲੀ ਦਵਾਈ ਹੁੰਦੀ ਹੈ ਜੋ ਆਮ ਤੌਰ ਦੇ ਉੱਤੇ ਪਿੰਡਾਂ ਦੇ ਵਿੱਚ ਕੋਈ ਵਾਇਰਲ ਹੋ ਜਾਂਦਾ ਹੈ ਉਸ ਵਕਤ ਲੈਣੀ ਪੈਂਦੀ ਹੈ। ਕੋਈ ਪੇਟ ਦਰਦ ਹੈ, ਸਿਰ ਦਰਦ ਹੈ, ਬੁਖਾਰ ਦੀ ਦਵਾਈ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਉਹ ਵੀ ਉੱਥੋਂ ਨਹੀਂ ਮਿਲਦੀਆਂ। ਜੇਕਰ ਦਵਾਈਆਂ ਦੀ ਵੱਡੀ ਘਾਟ ਹੈ ਤਾਂ ਫਿਰ ਜਿਹੜੇ ਪ੍ਰਚਾਰ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਉਹ ਕਿਉਂ ਕੀਤੇ ਜਾ ਰਹੇ ਨੇ ਪੰਜਾਬ ਦੇ ਕਈ ਲੋਕ ਸਵਾਲ ਆਏ ਬਗਾਇ ਕਰਦੇ ਦਿਖਾਈ ਦੇ ਜਾਂਦੇ ਨੇ ਕਿਉਂਕਿ ਲੋਕ ਨਿਤ ਜਦੋਂ ਜਾਂਦੇ ਨੇ ਆਪਣੇ ਪਰਿਵਾਰਕ ਜੀਵ ਦਾ ਜਾਂ ਖੁਦ ਇਲਾਜ ਕਰਾਉਣ ਦੇ ਲਈ ਜਦੋਂ ਦਵਾਈ ਮੰਗਦੇ ਨੇ ਤੇ ਉੱਥੇ ਸਾਰੀਆਂ ਦਵਾਈਆਂ ਉਪਲਬਧ ਨਹੀਂ ਹੁੰਦੀਆਂ ਤਾਂ ਇਹੀ ਕਾਰਨ ਹੈ ਕਿ ਲੋਕਾਂ ਦੇ ਵਿੱਚ ਫਿਰ ਰੋਸ ਆਉਂਦਾ ਹੈ ਕਈ ਥਾਵਾਂ ਤੇ ਵੀਡੀਓ ਤੱਕ ਵਾਇਰਲ ਹੋ ਜਾਂਦੇ ਨੇ ਸੋਸ਼ਲ ਮੀਡੀਆ ਕਈ ਵਾਰੀ ਜਿਹੜੇ ਉੱਥੇ ਕਰਮਚਾਰੀ ਬੈਠੇ ਹੁੰਦੇ ਨੇ ਉਹਨਾਂ ਤੱਕ ਵੀ ਜਿਹੜੀ ਹੱਥੋਂ ਪਾਈ ਦੀ ਨੌਬਤ ਤੱਕ ਆਉਂਦੀ ਦਿਖਾਈ ਦਿੱਤੀ ਹੈ ਪੰਜਾਬ ਦੇ ਅੰਦਰ ਪਰ ਉਹਨਾਂ ਕਰਮਚਾਰੀਆਂ ਦਾ ਕੀ ਕਸੂਰ ਜੇਕਰ ਮਹਿਕਮੇ ਵੱਲੋਂ ਹੀ ਸਰਕਾਰ ਵੱਲੋਂ ਹੀ ਪੂਰੀ ਤਰ੍ਹਾਂ ਧਿਆਨ ਨਾ ਦਿੱਤਾ ਜਾਵੇ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਕਿਹੜੇ ਪਿੰਡੂ ਡਿਸਪੈਂਸਰੀਆਂ ਵਿੱਚ ਔਰ ਕਿੰਨੇ ਤਮਾਮ ਹਸਪਤਾਲ ਨੇ ਉੱਥੇ ਦਵਾਈਆਂ ਸਾਰੀਆਂ ਦੀਆਂ ਸਾਰੀਆਂ ਪੁੱਜਦੀਆਂ ਨੇ ਜਾਂ ਨਹੀਂ ਪੁੱਜਦੀਆਂ ਕੀ ਤੁਹਾਡੇ ਇਲਾਕੇ ਦੇ ਵਿੱਚ ਸਰਕਾਰੀ ਪਿੰਡੂ ਡਿਸਪੈਂਸਰੀਆਂ ਨੇ ਜਿਹੜੀਆਂ ਉਸ ਦਾ ਹਾਲ ਸਰਕਾਰੀ ਹਸਪਤਾਲਾਂ ਦਾ ਹਾਲ ਕੀ ਹੈ ਕਿ ਤੁਹਾਨੂੰ ਸਾਰੀਆਂ ਦਵਾਈਆਂ ਉਪਲਬਧ ਹੋ ਜਾਂਦੀਆਂ ਨੇ ਆਪਣੀਆਂ ਆਪਣੀ رائے ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਕਿ ਹੋਰ ਵਧੀਆ ਢੰਗ ਨਾਲ ਸਿਹਤ ਢਾਂਚਾ ਪੰਜਾਬ ਦੇ ਅੰਦਰ ਕਿਵੇਂ ਚਲਾਇਆ ਜਾ ਸਕਦਾ ਹੈ ਤਾਂ ਵੱਡੀ ਘਾਟ ਕਿੱਥੇ-ਕਿੱਥੇ ਮਹਿਸੂਸ ਹੋ ਰਹੀ ਆਰ ਕਿੱਥੇ ਸਭ ਕੁਝ ਠੀਕ ਚੱਲ ਰਿਹਾ ਉਸ ਬਾਰੇ ਵੀ ਤੁਸੀਂ ਆਪਣੀ ਫੀਡਬੈਕ ਸਾਂਝੀ ਕਰ ਸਕਦੇ ਹੋ ਫਿਲਹਾਲ ਬਨੇ ਰਹੋ ਅਗਲੇ ਅਪਡੇਟ ਤੱਕ ਦੇ ਲਈ এবিসি ਪੰਜਾਬ ਦੇ ਨਾਲ